ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਤੋਂ ਬਚਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਹੁਕਮਾਂ ਤਹਿਤ ਪਾਤੜਾਂ ਪੁਲਿਸ ਨੇ ਉਹਨਾਂ ਦੇ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹੋਏ ਸਾਂਝ ਗਲੋਬਲ ਫਾਊਂਡੇਸ਼ਨ ਅਤੇ ਰੋਟਰੀ ਕਲੱਬ ਦੇ ਸਹਿਯੋਗ ਸਦਕਾ ਸ਼ਹਿਰ ਦੇ ਭਗਤ ਸਿੰਘ ਚੌਂਕ ਵਿੱਚ ਬਿਨਾਂ ਮਾਸਕ ਤੋਂ ਜਾ ਰਹੇ ਲੋਕਾਂ ਨੂੰ ਮਾਸਕ ਲਗਾਏ। SSP ਪਟਿਆਲਾ ਮਨਦੀਪ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ DSP ਪਾਤੜਾਂ DSP ਦਲਵੀਰ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਸਿਟੀ ਚੌਂਕੀ ਇੰਚਾਰਜ ਹਰਸ਼ਵੀਰ ਸੰਧੂ ਅਤੇ ਟ੍ਰੈਫਿਕ ਪੁਲਿਸ ਪਾਤੜਾ ਅੰਗਰੇਜ਼ ਸਿੰਘ ਵੱਲੋਂ ਭਗਤ ਸਿੰਘ ਚੌਂਕ ਵਿੱਚ ਨਾਕਾਬੰਦੀ ਕਰਕੇ ਬਿਨਾਂ ਕੰਮ ਤੋਂ ਘੁੰਮਣ ਵਾਲਿਆਂ ਖਿਲਾਫ਼ ਸ਼ਿਕੰਜਾ ਕੱਸਿਆ ਗਿਆ। ਇਸ ਦੇ ਨਾਲ ਹੀ ਬਿਨਾਂ ਮਾਸਕ ਤੋਂ ਜਾ ਰਹੇ ਲੋਕਾਂ ਨੂੰ ਮਾਸਕ ਵੀ ਵੰਡੇ ਗਏ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਬਿਨਾਂ ਮਾਸਕ ਘਰੋਂ ਬਾਹਰ ਨਾ ਨਿਕਲਣ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ। ਇਸ ਔਖੀ ਘੜੀ ਵਿੱਚ ਸਮਾਜ ਸੇਵੀ ਆਗੂ ਵੀ ਪੁਲਿਸ ਪ੍ਰਸ਼ਾਸਨ ਦੀ ਇਸ ਮੁਹਿੰਮ ਨੂੰ ਨੇਪਰੇ ਚਾੜਨ ਲਈ ਉਹਨਾਂ ਦਾ ਪੂਰਾ ਸਹਿਯੋਗ ਦੇ ਰਹੇ ਨੇ। ਮਾਣਯੋਗ ਮੁੱਖ ਮੰਤਰੀ ਸਰਦਾਰ ਕੈਪਟਨ ਅਮਰਿੰਦਰ ਸਿੰਘ ਸਾਹਿਬ ਵੱਲੋਂ ਹਦਾਇਤਾਂ ਆਈਆਂ ਸੀ ਕਿ ਵੀ ਹੁਣ ਕੋਈ ਵੀ ਬੰਦਾ ਬਿਨਾਂ ਮਾਸਕ ਤੋਂ ਬਾਹਰ ਨਹੀਂ ਨਿਕਲੇਗਾ, ਅਤੇ ਸਾਡੇ ਮਾਣਯੋਗ SSP ਸਾਹਿਬ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਅਸੀਂ ਇਹ ਜਿਹੜੇ ਮਾਸਕ ਨੇ, ਅਸੀਂ ਜਿਹੜੇ ਵੀ ਲੋਕ ਬਾਹਰ ਨੇ ਬਿਨਾਂ ਮਾਸਕ ਤੋਂ, ਅਸੀਂ ਉਹਨਾਂ ਨੂੰ ਮਾਸਕ ਵੰਡ ਰਹੇ ਹਾਂ ਅਤੇ ਉਹਨਾਂ ਨੂੰ ਹਦਾਇਤ ਕਰ ਰਹੇ ਕਿ ਬਿਨਾਂ ਗੱਲ ਤੋਂ ਬਾਹਰ ਨਾ ਨਿਕਲੋ। ਅਤੇ ਜੇ ਬਾਹਰ ਕੋਈ ਬਹੁਤ ਜ਼ਿਆਦਾ ਜ਼ਰੂਰੀ ਕੰਮ ਹੈ ਜੇ ਨਿਕਲਣਾ ਹੀ ਪੈਂਦਾ ਤਾਂ ਬਿਨਾਂ ਮਾਸਕ ਤੋਂ ਬਾਹਰ ਨਹੀਂ ਨਿਕਲਣਾ, ਤਾਂ ਕਿ ਆਪਾਂ ਇਸ ਮਹਾਂਮਾਰੀ ਦੀ ਚੇਨ ਨੂੰ ਤੋੜ ਕੇ ਆਪਾਂ ਜਿੱਤ ਪ੍ਰਾਪਤ ਕਰ ਸਕੀਏ। ਦੇਸ਼ ਦੇ ਵਿੱਚ ਇਸ ਟਾਈਮ ਤ੍ਰਾਸਦੀ ਆ, ਉਹਦੇ ਵਿੱਚ ਮਹਾਂਮਾਰੀ ਫੈਲਣ ਦਾ ਡਰ ਆ। ਜਿਹੜਾ ਮਾਸਕ ਆ ਇਹ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਜੋ ਵੀ ਹਦਾਇਤ ਕੀਤੀ ਆ ਪਬਲਿਕ ਨੂੰ, ਮੈਂ ਸਮਝਦਾ ਬਹੁਤ ਜ਼ਰੂਰੀ ਆ। ਜਿਹਦੇ ਵਿੱਚ ਸਾਡੇ ਫੈਡਰੇਸ਼ਨ ਸਾਂਝ ਵੱਲੋਂ, ਰੋਟੀ ਕਲਾ ਪਾਤੜਾਂ ਵੱਲੋਂ ਅਸੀਂ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਜਿੱਥੇ ਵੀ ਸਾਨੂੰ ਮਾਸਕ ਦੀ ਸੇਵਾ ਲਾਉਣਗੇ, ਸੈਨੀਟਾਈਜ਼ਰ ਵੀ ਲਾਉਣਗੇ, ਉੱਥੇ ਅਸੀਂ ਉਪਲਬਧ ਕਰਾਵਾਂਗੇ। ਜੋ ਗੌਰਮੈਂਟ ਦੇ ਆਦੇਸ਼ ਨੇ ਵੀ ਸਭ ਨੂੰ ਮਾਸਕ ਲਾ ਕੇ ਰੱਖਣਾ ਚਾਹੀਦਾ, ਇਹ ਬਹੁਤ ਜ਼ਰੂਰੀ ਹੈ। ਪ੍ਰਸ਼ਾਸਨ ਦੀ ਹਰ ਸਮੇਂ ਜੋ ਇਹ ਸਾਨੂੰ ਡਿਊਟੀਆਂ ਲਾਉਂਦੇ ਨੇ ਵੀ ਜਿੱਥੇ ਲੋੜ ਹੈ ਅਸੀਂ ਇਹਨਾਂ ਦੀ ਸੇਵਾ 'ਚ ਹਾਜ਼ਰ ਹਾਂ। 200 ਪੀਸ ਇਹ ਆਪਣੇ ਲਈ ਡੇਲੀ ਤਿਆਰ ਹੁੰਦਾ, ਇਹ ਪ੍ਰਸ਼ਾਸਨ ਨੂੰ ਜਿੱਥੇ ਲੋੜ ਪੈਂਦੀ ਅਸੀਂ ਦਿੰਦੇ ਹਾਂ। ਜੀ ਅਸੀਂ ਪ੍ਰਸ਼ਾਸਨ ਦੇ ਨਾਲ ਰਹਿ ਕੇ ਜਿਹੜੇ ਆਮ ਲੋਕ ਨੇ ਜਿਹੜੇ ਸ਼ਹਿਰਾਂ ਦੇ ਵਿੱਚ ਬਿਨਾਂ ਮਾਸਕ ਤੋਂ ਮੂੰਹ ਨੰਗੇ ਕਰਕੇ ਘੁੰਮਦੇ ਨੇ, ਉਹਨਾਂ ਨੂੰ ਪ੍ਰਸ਼ਾਸਨ ਸਹਿਯੋਗ ਦੇ ਨਾਲ ਮਾਸਕ ਪਹਿਨਾਏ ਜਾ ਰਹੇ ਨੇ ਤਾਂ ਜੋ ਇਸ ਜਿਹੜੀ ਮਹਾਂਮਾਰੀ ਹੈ ਉਹ ਤੋਂ ਸੁਰੱਖਿਅਤ ਰਿਹਾ ਜਾ ਸਕੇ। ਅੱਜ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਵੀ ਸ਼ਹਿਰਾਂ ਦੇ ਵਿੱਚ ਜਿਹੜੇ ਲੋਕ ਘੁੰਮਦੇ ਨੇ ਆਮ ਨਾਗਰਿਕ, ਉਹਨਾਂ ਦੇ ਮੂੰਹਾਂ 'ਤੇ ਮਾਸਕ ਹੋਣਾ ਲਾਜ਼ਮੀ ਹੈ। ਨਹੀਂ ਸਰਕਾਰ ਤਾਂ ਮਤਲਬ ਕਿ ਵੈਸੇ ਸਰਕਾਰ ਨੇ ਕੋਈ ਛੂਟ ਨਹੀਂ ਦੇ ਰੱਖੀ, ਵੈਸੇ ਲੋਕਾਂ ਨੂੰ ਕਹਿ ਰੱਖਿਆ ਜਿਵੇਂ ਲੋਕ 5-9 ਵਜੇ ਤੱਕ ਸਾਰਾ ਸਮਾਨ ਲੈ ਲੈਂਦੇ ਨੇ ਬਾਜ਼ਾਰ 'ਚ। ਹਾਂਜੀ ਨਹੀਂ, ਕਿੰਨਾ ਕੁ ਲੋਕ ਅਵੇਅਰ ਨੇ ਇਸ ਨੂੰ ਲੈ ਕੇ? ਲੋਕ ਤਾਂ ਸਾਰੇ ਅਵੇਅਰ ਨੇ, ਕੋਈ ਮਜ਼ਬੂਰੀ 'ਚ ਲੋਕ ਆ ਜਾਂਦੇ ਵਿਚਾਰੇ। ਨਹੀਂ ਲੋਕ ਤਾਂ ਆਉਂਦੇ ਹਨ, ਜਦ ਪ੍ਰਸ਼ਾਸਨ ਪੂਰੀ ਤਰ੍ਹਾਂ ਜੀ ਬੰਦ ਕਰ ਦੇ ਸਾਰੇ ਮਾਸਕ, ਸਾਰੇ ਲੋਕਾਂ ਨੂੰ ਪਤਾ ਨਹੀਂ ਇੱਥੇ ਕਿ ਮਾਸਕ ਯੂਪੀ ਸਾਰੇ ਮਾਸਕ ਪਾ ਕੇ ਆਓ ਜੀ, ਟਾਈਮ 1 ਘੰਟਾ ਦੇ ਦੇਣ ਬਹੁਤ ਹੈ ਜੀ, ਸਵੇਰੇ 2 ਘੰਟੇ। ਸੱਚ ਤੇ ਪੈਰਾ TV ਲਈ ਬਿਊਰੋ ਰਿਪੋਰਟ।